ਸੋਨੀਆ ਤੂੰ ਤੇ ਜੋ ਪੇਮੈਂਟ ਸੋਚੀ ਸੀ ਨਾ ਚਾਚਾ ਵੀ ਸਾਡਾ ਜਿਹੜਾ ਬੈਠਾ ਤੈਨੂੰ ਪਤਾ ਵੀ ਬੜਾ ਵੱਡਾ ਐਕਟਰ ਹੈ। ਅੱਛਾ ਪ੍ਰੋਡਿਊਸਰ ਨੇ ਇਹਨਾਂ ਨੇ ਸਭ ਤੋਂ ਪਹਿਲੇ ਡਿਮਾਂਡ ਕੀਤੀ ਸੀ ਕਿ ਦੇਖੋ ਜੀ ਅੱਜ ਤੋਂ ਬਾਅਦ ਤੇਰੇ ਘਰ ਦਾ ਫਤਰਾਨਾ, ਜ਼ਕਾਤ, ਸਦਕਾ, ਇਮਦਾਦ, ਕੋਈ ਪੁਰਾਣਾ ਸੂਟ, ਕੋਈ ਟੁੱਟੀ ਜੁੱਤੀ, ਪੁਰਾਣਾ ਪੱਖਾ, ਟੁੱਟਿਆ ਬੈੱਡ, ਛਾਨਪੁਰਾ, ਚੂਹਿਆਂ ਵਾਲੀ ਕੜਿੱਕੀ, ਮਾੜਾ ਮੋਟਾ ਕੋਈ ਵੀ ਕਿਧਰੇ, ਮਤਲਬ ਚੌਲਾਂ ਵਾਲਾ ਤੋੜਾ, ਠੀਕ ਹੈ, ਆਟੇ ਦਾ ਤੋੜਾ, ਮਤਲਬ ਕੋਈ ਵੀ ਐਸੀ ਚੀਜ਼ ਤੁਹਾਡੇ ਘਰ ਬਚੀ, ਬਰਫੀ ਜਿਹਨੂੰ ਉੱਲੀ ਲੱਗੀ ਹੋਵੇ ਉਹ ਬਾਹਰ ਨਹੀਂ ਜਾਣੀ ਚਾਹੀਦੀ, ਉਹ ਮੈਨੂੰ ਪੇਮੈਂਟ ਦੇ ਤੌਰ 'ਤੇ ਦੇਣੀ ਚਾਹੀਦੀ। ਪ੍ਰੋਡਿਊਸਰ ਨੇ ਵੀ ਦਿਲ 'ਤੇ ਹੱਥ ਰੱਖ ਕੇ ਹਾਂ ਹੀ ਭਰ ਲਈ, ਉਹਨੇ ਕਿਹਾ ਠੀਕ ਹੈ। ਉਹਨੇ ਕਿਹਾ ਯਾਰ ਜਿਹੜੀ ਖਾਣ ਪੀਣ ਵਾਲੀਆਂ ਚੀਜ਼ਾਂ ਨਾ, ਮਤਲਬ ਅੰਡੇ ਹੋ ਗਏ, ਟਮਾਟਰ ਹੋ ਗਏ, ਪਿਆਜ਼ ਹੋ ਗਿਆ, ਇਹ ਤਾਂ ਤੂੰ ਕੰਮ ਸ਼ੁਰੂ ਕਰ ਰਹੇ ਤੇ ਤੈਨੂੰ ਹਾਲ ਚੁਗੇ ਹੋ ਜਾ ਕਰਨਗੇ। ਅੱਛਾ। ਔਰ ਚਾਚੇ ਨੇ ਜਿਸ ਦਿਨ ਪਹਿਲੇ ਦਿਨ ਪਰਫਾਰਮ ਕੀਤਾ ਤੇ ਬਾਹਰ ਅੱਗੇ ਇਤਰਾਜ਼ ਕੀਤਾ, ਕਹਿੰਦਾ ਵੇਖੋ ਯਾਰ ਲੋਕਾਂ ਨੂੰ ਡਰਾਮਾ ਨਹੀਂ ਦੇਖਣਾ ਆਉਂਦਾ। ਅੱਛਾ। ਇੱਕ ਡਾਇਲਾਗ ਭੁੱਲਿਆ ਲੋਕਾਂ ਨੇ ਅੰਡੇ ਮਾਰਨੇ ਸ਼ੁਰੂ ਕਰ ਦਿੱਤੇ। ਪ੍ਰੋਡਿਊਸਰ ਨੇ ਪੁੱਛਿਆ ਕਿਹੜਾ ਡਾਇਲਾਗ ਭੁੱਲਿਆ, ਕਹਿੰਦਾ ਜਿਹੜਾ ਜਾਂਦਿਆਂ ਬੋਲਣਾ ਸੀ। ਹਾਲ ਚ ਨਿਕਲ ਕੇ ਪਬਲਿਕ ਦੇ ਕਈ ਬੰਦਿਆਂ ਨੇ ਤੇ ਆਪਣਾ ਸਿਰ ਪਿੱਟਿਆ। ਕਿਉਂ? ਉਹਨੇ ਕਿਹਾ ਯਾਰ ਬੜੀ ਵੱਡੀ ਗਲਤੀ ਹੋਈ, ਨਾ ਅਸੀਂ ਕੋਈ ਗੰਦੇ ਟਮਾਟਰ ਲੈ ਕੇ ਆਏ, ਨਾ ਕੋਈ ਗੰਦੇ ਅੰਗ ਲੈ ਕੇ ਆਏ, ਨਾ ਟੁੱਟੀਆਂ ਜੁੱਤੀਆਂ ਲੈ ਕੇ ਆਏ, ਸਾਡੀ ਦਾਦ ਸਾਡੇ ਸੀਨੇ 'ਚ ਹੀ ਮਹਿਫੂਜ਼ ਰਹਿ ਗਈ। ਵਰਨਾ ਚਾਚਾ ਜਿਸ ਤਰ੍ਹਾਂ ਦੀ ਪਰਫਾਰਮੈਂਸ ਕਰ ਰਿਹਾ ਸੀ, ਸਾਡਾ ਦਿਲ ਕਰਦਾ ਸੀ ਕਿ ਛੱਡਵੀਆਂ ਦਾਦਾ ਮਾਰੀ। ਚਾਚਾ ਸ਼ਰਮਿੰਦਾ ਥੋੜੀ ਹੋਇਆ ਸੀ, ਉਹਨਾਂ ਨੂੰ ਕਹਿੰਦਾ ਮੈਨੂੰ ਐਡਰੈਸ ਦੇ ਦਿਓ, ਮੈਂ ਤੁਹਾਡੇ ਮੱਲੇ 'ਚ ਆ ਜਾਵਾਂਗਾ। ਦੌਰੇ ਮੌਣ ਹਾਲ 'ਚ ਬੈਠਾ ਸੀ, ਇੰਨੀਆਂ ਚੀਜ਼ਾਂ ਵੱਜਦੀਆਂ ਵੇਖ ਕੇ ਤੇ ਰੋਣ ਲੱਗ ਪਿਆ, ਕਹਿੰਦਾ ਕਾਸ਼ ਅੱਜ ਮੰਮੀ ਫਿੱਕਾ ਆਉਂਦਾ, ਮੈਨੂੰ ਵੀ ਇਹ ਚੀਜ਼ਾਂ ਮਿਲਦੀ। ਵਿਕੀ ਸਾਹਿਬ ਦੇ ਡਰਾਮੇ 'ਚ ਟਿਕਟਾਂ ਬਲੈਕ ਹੁੰਦੀਆਂ ਨੇ, ਚਾਚੇ ਦੇ ਡਰਾਮੇ 'ਚ ਮੇਰੇ ਖਿਆਲ ਗੰਦੇ ਟਮਾਟਰ ਬਲੈਕ ਹੁੰਦੇ। ਚਾਚੇ ਦੇ ਡਰਾਮੇ 'ਚ ਟਿਕਟਾਂ ਬਲੈਕ ਨਹੀਂ ਹੁੰਦੀਆਂ, ਚਾਚੇ ਦਾ ਮੂੰਹ ਬਲੈਕ ਕੀਤਾ ਜਾਂਦਾ, ਉਹ ਫਿਰ ਇੱਕ ਬਲੈਕ ਜਾਨਵਰ ਦੇ ਉੱਤੇ ਬਿਠਾ ਕੇ ਤੇ ਫਿਰ ਬਲੈਕ ਸ਼ੁਰੂ ਹੁੰਦਾ। ਔਰ ਬਾਹਰ ਬੜੀ ਰਿਪੋਰਟ ਫਲਾਈ ਸੀ ਕਿ ਮੇਰੀਆਂ ਟਿਕਟਾਂ ਬਲੈਕ ਹੁੰਦੀਆਂ ਨੇ, ਤੇ ਚਾਚੀ ਨੇ ਘਰ ਰੰਗ ਵਾਲਾ ਡੱਬਾ ਰੱਖਿਆ ਸੀ ਤੇ ਦੋ ਹੀ ਟਿਕਟਾਂ ਸਾਡਾ ਹਾਲ ਦੀਆਂ ਬੈਠੀ ਬਲੈਕ ਕਰਦੀ ਰਹਿੰਦੀ। ਜਬ ਆਪਕਾ ਝਗੜਾ ਹੁਆ, ਜਬ ਆਪ ਕਹਿ ਰਹੀ ਥੀ ਕਿ ਨੋਕ ਝੋਕ ਹੋਤੀ ਥੀ, ਤੋ ਕਿਆ ਉਸ ਵਕਤ ਕਿਸੀ ਕੋ ਫੋਨ ਕਰਕੇ ਉਹਨੇ ਕਿਹਾ ਕਿ ਇਸਕੋ ਨਹੀਂ ਲੈਣਾ, ਇਸਕੋ ਕਾਟੋ, ਇਹ ਹੁਆ? ਨਹੀਂ ਨਹੀਂ ਨਹੀਂ, ਐਸਾ ਵੀ ਨਹੀਂ ਕਿਹਾ। ਅਗਰ ਉਹਨੇ ਜ਼ਿਆਦਾ ਹੈਲਪ ਨਹੀਂ ਕਿਹਾ ਤੋ ਮੇਰਾ ਨੁਕਸਾਨ ਵੀ ਨਹੀਂ ਕਿਹਾ, ਕਿਉਂਕਿ ਹਮ ਬਹਿਨੇ ਥੀ। ਸਪੋਰਟ ਕਰਤੀ ਥੀ, ਸਪੋਰਟ ਕਰਤੀ ਥੀ ਤੋ ਯੇ ਸਾਥ ਥੀ ਨਾ, ਤੋ ਯੇ ਵੋ ਮਤਲਬ ਸੋਚਤੀ ਥੀ ਅੱਛਾ ਇਸਕੇ ਲੀਏ ਤੋ ਆਈ ਜਾਏ ਦੀਦਾਰ ਬਣ ਗਿਆ ਨਾ, ਨਹੀਂ ਅੱਛਾ ਤੇ ਇਹਦਾ ਹੀ ਸੋਚਦੀ ਸੀ, ਲੇਕਿਨ ਘਰ ਆਪਣਾ ਲੈਂਦੀ ਸੀ, ਡਰ ਕੇ ਗਿਆ। ਇਹ ਚੱਲਣਾ ਵੀ ਹੈ ਔਰ ਮੈਂ ਦੱਸਾਂਗਾ ਵੀ, ਅਗਲੇ ਆਪ ਵੇਖ ਲੈਣਗੇ। ਅੱਛਾ ਇਹਨਾਂ ਦਿਨ ਇਨਕੀ ਨਾ ਬੜੀ ਮਜ਼ੇਦਾਰ ਨੋਕ ਜੋਕ ਹੋਤੀ ਥੀ। ਹਮ ਲੋਗ ਇੱਕ ਨਾ ਸਪੇਨ ਚਲੇ ਗਏ, ਬਾਰਸਲੋਨਾ ਕੇ ਸ਼ਹਿਰ ਮੇਂ ਹਮਾਰਾ ਸ਼ੋ ਥਾ, ਹਮ ਹੋਟਲ ਪੇ ਚਲੇ ਗਏ, ਤੋ ਯੇ ਨਾ ਮੇਰੇ ਰੂਮ ਮੇਂ ਹੈ, ਇਸਨੇ ਨੋਕ ਕੀਆ, ਕਹਤੀ ਟੀਵੀ ਲਗਾ ਕੇ ਦੇਖਾ ਤੂਨੇ ਕਿਆ ਚੱਲ ਰਹਾ ਹੈ, ਤੋ ਟੈਲੀਵਿਜ਼ਨ ਕੇ ਉੱਪਰ ਨਾ ਵੋ ਇੱਕ ਲਾਈਨ ਟਿਕਰ ਚੱਲ ਰਹਾ ਥਾ, ਉਸਕੇ ਉੱਪਰ ਲਿਖਾ ਹੁਆ ਥਾ ਕਿ ਹਮ ਨਰਗਸ ਕੋ ਪੂਰੀ ਟੀਮ ਕੇ ਸਾਥ ਬਾਰਸਲੋਨਾ ਮੇਂ ਖੁਸ਼ਾਮਦੀਦ ਕਹਤੇ ਹੈ। ਯੇ ਕਹਤੀ ਦੇਖਾ ਕਿਆ ਹੈ, ਹਮ ਦੋਨੋਂ ਨੇ ਇੱਕ ਦੂਸਰੇ ਕੀ ਤਰ੍ਹਾਂ ਮੁਨਾਫਕਤ ਵਾਲੀ ਨਜ਼ਰੋਂ ਸੇ ਦੇਖਾ, ਕਿ ਹਮਾਰਾ ਨਾਮ ਕਿਉਂ ਨਹੀਂ ਆ ਰਹਾ ਜੀ, ਮਤਲਬ ਉਸਕੋ ਅਕੇਲੀ ਕੋ ਕਿਉਂ, ਠੀਕ ਹੈ। ਫਿਰ ਬਾਅਦ ਮੈਂ ਇਸ ਯੇ ਨਿਕਲੀ ਖੋਜ ਲਗਾਨੇ ਕੇ ਲਈ, ਯੇ ਰਿਸੈਪਸ਼ਨ ਪੇ ਗਈ ਤੋ ਪਤਾ ਚਲਾ ਜੀ ਵੋ ਸਿਰਫ ਹੋਟਲ ਕਾ ਟੀਵੀ ਥਾ, ਉਹਨਾਂ ਨੇ ਨੀਚੇ ਸੇ ਆਪਣੇ ਯੇ ਵਾਪਸ ਆ ਕੇ ਕਹਤੀ ਨਹੀਂ 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 ਪੂਰੇ ਬਾਰਸਲੋਨਾ ਚ ਵੀ ਚੱਲਿਆ ਵਿੱਕੀ, ਸਿਰਫ ਇੱਧਰ ਚੱਲ ਰਿਹਾ ਹੋਟਲ ਚ। ਉਹਦੇ ਨਾਂ ਤੋਂ ਪਾਸਪੋਰਟ ਜਮ੍ਹਾਂ ਸੀ ਨਾ, ਪਹਿਲਾਂ ਪਾਸਪੋਰਟ ਉਹਦਾ ਜਮ੍ਹਾਂ ਹੋਇਆ, ਉਹਨਾਂ ਨੇ ਉਹਦੇ ਪਾਸਪੋਰਟ ਤੋਂ ਸਾਰਿਆਂ ਦਾ ਕਰ ਦਿੱਤਾ, ਬਾਹਰ ਗਿਆ ਤੇ ਗੱਲ ਖੁੱਲ ਗਈ, ਕਿਸੇ ਨੇ ਸਾਡੇ ਦੋਵਾਂ 'ਚ ਜਾ ਕੇ ਉਹਨੂੰ ਦੱਸ ਦਿੱਤਾ ਕਿ ਜੀ ਇਹ ਦੋਵੀਆਂ ਗੱਲਾਂ ਕਰਦੇ ਫਿਰਦੇ ਸਨ, ਤੇ ਅਸੀਂ ਕਿਊ 'ਚ ਲੱਗੇ, ਅੱਗੋਂ ਅਸੀਂ ਦੂਸਰੇ ਮੁਲਕ ਜਾਣਾ ਸੀ ਯੂਰਪ 'ਚ, ਤੇ ਏਅਰਪੋਰਟ 'ਤੇ ਖਲੋਤੇ ਤੇ ਉਹ ਆਈ ਹੈ ਤੇ ਕੋਲ ਆ ਕੇ ਕਹਿੰਦੀ ਹੈ ਅੱਛਾ ਸੋਨੀਆ ਵੇਖ ਲੈ ਹੁਣ ਤੂੰ ਕੀ ਗੱਲਾਂ ਕਰਨੀ ਫਿਰਨੀ, ਕਹਿੰਦੀ ਕੀ ਹੋਇਆ, ਅੱਗੋਂ ਬੜੀ ਮੈਡਮ ਜੀ ਬਣੀ, ਤੂੰ ਜਿਹੜੀਆਂ ਗੱਲਾਂ ਕਰਨੀ ਫਿਰਨੀ, ਕਹਿੰਦੀ ਹਾਂ ਤੇ ਫਿਰ ਕੀ ਹੋਇਆ, ਹੋਟਲ ਵਾਲਿਆਂ ਨੇ ਚਲਾਇਆ ਨਾ ਫਿਰ ਸਾਰੇ ਬਾਰਸਲੋਨਾ 'ਚ ਤੈਨੂੰ ਨਾ ਚੱਲਿਆ, ਉਹ ਕਹਿੰਦੀ ਜੇ ਅੱਛਾ ਸੋਨੀਆ ਅੱਲਾ ਤੈਨੂੰ ਹੋਰ ਇੱਜ਼ਤ ਹੈ, ਕਹਿੰਦੀ ਆਮੀਨ। ਚਾਚਾ ਵੀ ਬਾਰਸਲੋਨਾ ਸ਼ੋਅ ਕਰਨ ਵਾਸਤੇ ਗਏ ਹੈ, ਇਹਦਾ ਵੀ ਟਿਕਟ ਚੱਲੇ ਹੈ, ਉੱਤੇ ਗਿਆ ਜੀ, ਲੋ ਜੀ ਚਾਚਾ ਬਾਰਸਲੋਨਾ ਚ ਐਂਟਰ ਹੋ ਗਿਆ, ਬੂਹੇ ਬਾਰੀਆਂ ਬੰਦ ਕਰ ਲਵੋ, ਬੱਚਿਆਂ ਨੂੰ ਰਜ਼ਾਈਆਂ ਦੇ ਵਿੱਚ ਲੁਕੋ ਲਵੋ, ਫਰਿੱਜਾਂ ਨੂੰ ਤਾਲੇ ਲਾ ਦਿਓ, ਹਾਂਡੀਆਂ ਕਿਚਨ ਦੇ ਵਿੱਚ ਗਾਇਬ ਕਰ ਦਿਓ। ਲੇਕਿਨ ਘਬਰਾਣੇ ਕੀ ਬਾਤ ਨਹੀਂ, ਚੰਦ ਦਿਨੋਂ ਕੇ ਲਈ ਆਇਆ ਹੈ। ਅੱਛਾ ਤੇ ਹਾਲ ਦੇ ਬਾਹਰ ਖਲੋਤਾ ਹੈ, ਡਰਾਮਾ ਚੱਲ ਰਿਹਾ ਦੀਦਾਰ ਦਾ, ਨਰਗਸ ਦਾ, ਬਾਹਰ ਖਲੋ ਕੇ ਕਹਿੰਦਾ ਮੈਂ ਵੀ ਬਾਰਸਲੋਨਾ ਜੀ ਡਰਾਮਾ ਕਰਨਾ ਆ, ਉਹ ਕਹਿੰਦਾ ਤੂੰ ਡਰਾਮੇ 'ਚ ਪਰਫਾਰਮ ਕਰਨਾ, ਕਹਿੰਦਾ ਨਹੀਂ ਉਹ ਬਾਰਸਲੋਨਾ ਮੈਂ ਬਾਹਰ ਖਲੋਨਾ। ਚਾਚੇ ਦਾ 3 ਦਿਨਾਂ ਦਾ ਟੂਰ ਸੀ, 3 ਦਿਨਾਂ ਟੂਰ ਕਰਕੇ ਬਾਰਸਲੋਨਾ 'ਚ ਗਿਆ, 6 ਮਹੀਨੇ ਬੱਚਿਆਂ ਨੂੰ ਧੱਫੜ ਨਿਕਲਦੇ ਰਹੇ।
कि अब वो चला गया, अब जिस तरह मर्जी खुले फिरो सारे। नहीं, फिर भी लिखा थी, लेकिन थोड़ी एहतियात भी करे। चाचा से बड़ा पता, तू रमला स्ट्रीट ते मंगदी नहीं? रमला आ चाचा गया। सही है, चाचा गया गया। मेरी बाबा रमला। ए चाचा स्पेन गया से या कोई डेंगू मच्छर गया से के लोग इस तरह लुक गए सन सारे? चाचा गया, उन्होंने हाल च पानी छाड़ दिता सी। ओ क्यों? चाचे ने डूब के परफॉर्म किया सी। डीप आर्टिस्ट। चाचे ने कहा अगर क्लैप आ गई ठीक है, नहीं तो डूब के ते मारी जाना। चाचे दा ड्रामा वेखन ते कोई नहीं आए से, दो बंदे आए से चाचे नु बचान, ਉਹਨਾਂ ਨੂੰ ਇਹਨੇ ਕਲੈਪਾਂ ਤੇ ਲਾ ਦਿੱਤਾ ਸੀ। ਉਹਨਾਂ ਨੇ ਉਹ ਮੂੰਹ ਤੇ ਕਲੈਪਾਂ ਮਾਰੀਆਂ। ਅੱਛਾ ਆਪ ਬਤਾਈਏ, ਆਪਨੇ ਆਪਣੇ ਵਾਲਿਦ ਸਾਹਿਬ ਸੇ ਸਿੱਖਾ ਤੋ ਡਾਂਟ ਤੋ ਪੜਤੀ ਹੋਗੀ, ਗੁੱਸਾ ਤੋ ਹੋਤੇ ਹੋਗੇ ਸਿਖਾਤੇ ਹੋ? ਇਸਕੇ ਲੀਏ ਉਹ ਡਾਂਟ ਡਪਟ ਹੋਣੀ ਚਾਹੀਏ, ਹਮ ਇਸਸੇ ਮਹਿਰੂਮ ਹੈ, ਕਿਉਂਕਿ ਮੇਰੇ ਵਾਲਿਦ ਸਾਹਿਬ ਉਹ ਵੀ ਬਦਰ ਮੀਆਂ ਦਾਦ ਖਾਨ ਸਾਹਿਬ ਉਹ ਵੀ ਚਲੇ ਗਏ। ਬਹਰਹਾਲ ਇਹ ਸਾਰਾ ਕੁਛ ਅਬ ਮਿਸ ਕਰ ਰਹੇ ਹੈ, ਕਿਉਂਕਿ ਉਹ ਬਤਾਨੇ ਵਾਲਾ ਹੋਣਾ ਚਾਹੀਏ, तो ये बड़ा लाजिम है, डांट डप्ट होना चाहिए और इससे फ्यूचर बड़ा अच्छा होता है। क्या बात, क्या बात, बहुत बड़ी बात है। खुश आमदीद, आप देख रहे हैं अपना फेवरेट प्रोग्राम तारों से करें बातें। दीदार, आपने सुपर हिट फिल्म चूड़िया में काम किया, साथ साथ दीगर प्रोजेक्ट्स में भी काम किया, मगर ये फिल्मी सफ़र आपका कुछ ज़्यादा चल नहीं सका, वजह? उसका रीज़न भी चूड़ियाँ है। चूड़ियाँ में जो हमने शूट किया था वो 6 मंथ हमने रेगुलर शूट किया था, और जब वो फिल्म ऑन एयर आई सिनेमा में तो उसमें 1 या 2 सीन थे, तो वहाँ से बिल्कुल मैं डिसहार्ट हो गई और मैंने फैसला किया कि अब मैं फिल्मों में काम नहीं करूँगी। लेकिन साथ इक्का दुक्का जो मैंने पहले से साइन की हुई थी उनको मैंने कम्प्लीट किया, पर जिसको सही मायने में बोलते हैं कि दिल टूट गया मेरा फिल्मों से, तो मैंने नहीं किया। मुझे ऐसा लगता था कि जिस तरह का मैं डांस करती हूँ मुझे उस तरह यूज़ नहीं किया जा रहा फिल्म में पूरी तरह, एक ज़िद में मैंने छोड़ा। लेकिन अल्हम्दुलिल्लाह फिर एक वक्त ऐसा आया कि जिन डायरेक्टर्स ने मेरे काम काटे थे फिल्मों में वो वापस मेरे पास आए, बहुत बड़े बड़े नाम हैं उसमें, मैं लेना नहीं चाहती, और उन्होंने कहा कि आप हमारी फिल्म में काम करें, लेकिन मैं ऐसी बाज़िद थी कि फिर मैंने उनके साथ काम नहीं किया। पहले उन्होंने मेरा काम काटा, फिर मैंने उनको काट दिया। अच्छा, एक तो वैसे छोटी सी फिल्म जो उतो शॉट दूर दूर दे लाए सब, वो छोटी लग रही थी। मैंने पिंग तो ही नहीं उतारे उन्होंने। दीदार को चिपकू फैन मिला कभी, जो आपके थिएटर के शोज के टिकटें खरीदते खरीदते अपना मकान बेच चुका हो, बस अपना हाथ काट के खून लेके ऐसे नाम लिखता हो, खत लिखता हो? गुजरावाला में मैं प्ले करी थी और वो जो थिएटर था उसमें गैलरी थी, तो उस लड़के ने उठा और कहा दीदार, तो मैंने उसकी तरफ नहीं देखा, उसने 2-3 आवाज़ें दी, फिर कहता अगर आप देखेंगी नहीं तो मैं जंप कर दूंगा। तो हम लोग तो मस्ती में होते हैं, मजाक में होते हैं, मैंने कहा कर दे, और लिटरली उसने ऊपर से गैलरी से जंप कर दिया। तो वो एक वाक्या जो है वो मुझे याद है। क्या नाम था उनका? नाम नहीं मालूम, कभी तो बाद में पता भी नहीं कराया उसने जंप की, तो वो जिंदा था मर गया? ये मुझे इस टाइप के जो शाहरुख खान टाइप फैन होते हैं मैं उनसे बहुत डरती हूँ। और एक जो फैन बहुत ज्यादा दफा मुझे देखने आए उनसे भी मैंने शादी कर ली। बात है असल में वो ये है कि नसीब उनके साथ थे तो फिर अल्लाह ताला रास्ते बनाता है, फिर रास्ते भी हो जाते हैं। ऐसे तो बात मुकाए ना बताए ना, पहली मुलाकात कैसे हुई, वो भी क्या चीख रहे थे दीदार, क्या था सीन? नहीं, ऐसा कुछ नहीं था, वो बड़े शर्मीले से इंसान। या फिर ऐसे हुआ कि वो रेगुलर आते थे और किसी शो पे वो आए नहीं और आप बस उन्हीं को ढूंढ रही थी? ऐसा होता था कि अगर वो किसी दिन नहीं आए तो हम अंदर डिस्कस करते थे कि आज वो वाला लड़का क्यों नहीं आया। अच्छा, पहली बार आके बोला क्या, किस तरह से प्रपोज किया? एक्चुअली जो बात मुझे अच्छी लगी थी कि जब मेरी उनसे पहली दफा फोन पे बात हुई थी तो उन्होंने ये कहा कि मैं आपसे शादी करना चाहता हूँ। सलाम के बाद जो पहली बात थी वो ये थी कि मैं आपसे शादी करना चाहता हूँ, तो कहीं ना कहीं वही बात मुझे क्लिक की थी। और इसकी शादी में भी बड़ा हाथ है मेरा, इसकी जो सास थी वो मेरी वजह से ही मान गई थी कि ये बड़े अच्छे लोग हैं। बिल्कुल बिल्कुल, हमारा एक सफर था, बड़ा जबरदस्त सफर था हमारा, तो उसमें वो भी साथ थी और मैं भी, लेकिन तब तक हमारी दोस्ती नहीं हुई थी सास की और मेरी, तो वहाँ पे विक्की साहब भी थे, तो इन्होंने पता नहीं क्या उनको कहा कि वो निशो मैडम भी इन्होंने नाच की मनाया रैम्बो लई।
ਵਿੱਕੀ ਸਾਹਿਬ ਕਿਸੇ ਨੂੰ ਮਨਾਉਣ ਵਾਸਤੇ ਨਹੀਂ ਨੱਚਦੇ, ਇਹ ਆਪਣਾ ਆਪ ਮਨਵਾਉਣ ਵਾਸਤੇ ਨੱਚ ਪੈਂਦੇ। ਵਿੱਕੀ ਸਾਹਿਬ ਕੱਟਦੇ ਰਿਸ਼ਤੇ ਵਾਲੀ ਮਾਈ ਬੋਤੀ ਹੈ। ਮੈਂ ਨਾ ਹੁੰਦਾ ਤੇ ਬੇਟਾ ਵਿਆਹ ਵੀ ਨਹੀਂ ਸੀ ਹੋਣਾ ਤੇ। ਜਿਸ ਦਿਨ ਸ਼ਾਦੀ ਹੋਈ, ਸ਼ਾਦੀ ਵਾਲਾ ਬੜਾ ਵਾਕਿਆ, ਇੱਕ ਇੰਟਰਸਟਿੰਗ ਵਾਕਿਆ, ਉਹ ਜਿਹੜਾ ਸੁਣਾਉਣਾ ਚਾਹੀਦਾ। ਖਾਣੇ 'ਤੇ ਪਾਬੰਦੀ ਸੀ ਜ਼ਿਆਦਾ ਡਿਸ਼ਿਜ਼ ਦੇ ਉੱਤੇ, ਅਤੇ ਆਪਣਾ ਟਾਈਮ ਦਾ ਥੋੜ੍ਹਾ ਜਿਹਾ ਪ੍ਰੋਬਲਮ ਸੀ। ਸਿਰਫ 10 ਮਿੰਟ ਉੱਪਰ ਹੋਏ ਨੇ ਅਤੇ ਪੁਲਿਸ ਆਈ ਉੱਥੇ, ਅਤੇ ਅਸੀਂ ਇੱਕ ਇਹਦੇ ਕੋਰੀਓਗ੍ਰਾਫਰ ਨੂੰ ਦੁੱਲਾ ਬਣਾ ਕੇ ਥਾਣੇ ਦੇ ਦਿੱਤਾ। ਦੁੱਲਾ ਦੁੱਲਾ ਉੱਥੇ ਬੈਠਾ, ਫਟਾਫਟ ਉਹਨੂੰ ਹਾਰ ਪਾਏ, ਫਟਾਫਟ ਇਹ ਕਰਕੇ ਦੁੱਲਾ ਕੌਣ ਜੀ, ਐ ਜੀ, ਕਹਿੰਦਾ ਚਲੋ ਗੱਡੀ 'ਚ ਬੈਠੋ। ਇੱਕ ਬੰਦਾ ਕੋਰੀਓਗ੍ਰਾਫਰ ਜਿਹੜਾ ਸਾਰੀ ਜ਼ਿੰਦਗੀ ਡਾਂਸ ਕਰਦਾ ਰਿਹਾ, ਉਹ ਥਾਣੇ ਬੈਠਾ, ਸਾਰੀ ਰਾਤ ਸਾਡਾ ਫੰਕਸ਼ਨ ਚੱਲ ਰਿਹਾ ਉੱਥੇ। ਥਾਣੇ 'ਚ ਤਾਂ ਬੜੇ ਤਰਲੇ ਪਾਏ ਉਹਨਾਂ ਨੇ ਕਿ ਮੈਂ ਲਾੜਾ ਨਹੀਂ ਹੈ, ਉਸ ਉੱਥੇ ਰਹਿ ਗਿਆ, ਮੈਂ ਤੇ ਐਵੇਂ ਫਸ ਗਿਆ। ਉਹਦੀ ਬੀਵੀ ਤੇ ਸਾਨੂੰ ਸੁਣਾ, ਮੇਰਾ ਬੰਦਾ ਕਿਉਂ ਬਣਵਾ ਤਾ, ਉਸਨੇ ਕੁਰਬਾਨੀ ਦਿੱਤੀ, ਕੁਰਬਾਨੀ ਦਿੱਤੀ, ਬੜਾ ਅੱਛਾ। ਦੁਲਾ ਨਾ ਪਕੜਾ ਜਾਏ ਤਾਂ ਉਹ ਚਲਾ ਗਿਆ। ਬਹੁਤ ਬਹੁਤ